एक बार दर्शकों का फिर तो स्वागत है नवी वीडियो के अच्छ मैं थोड़ी तो मुलाकात करा जा रहा है जी साढ़े मरीज संतोष जी जी उन्होंने हसबेंड राजेश जी जैतो मंडी तो सत श्रीकाल जी संतोष जी सत श्रीकाल राजेश जी सब तो पहला ये दसो कि डिस्क का जो ट्रीटमेंट इलाज किया गया रीत की गड्डी को और गोडिया का महसूस करते हैं जी जी मैं बिल्कुल ठीक है अगे ना बहुत ज्यादा फर्क है मैं 95% फर्क है काफी देर दवाई लेंदी रही है मैं दो साल हो चले मैं दवाई लेंदी हूं मैं काफी बहुत ज्यादा 95% बिल्कुल ठीक है मैं कोई ऐसी प्रॉब्लम नहीं है ठीक है जी कोई उठन बैठन च दिक्कत कोई चलन च चल के दिखाओ कोई इदा कोई चलन च दिक्कत कोई तुहानूं नहीं मैनूं चलन च नहीं दिक्कत पहले मैं बाकर ते नाल ही आंदी हुंदी सी ਠੀਕ ਹੈ ਜੀ ਪਹਿਲਾਂ ਵਾਕਰ ਤੇ ਜਾਂਦੇ ਸੀ ਹਾਂ ਵਾਕਰ ਦੇ ਨਾਲ ਤੁਰਦੇ ਸੀ ਮੈਨੂੰ ਕੋਈ ਬਹੁਤ ਜ਼ਿਆਦਾ ਦਿੱਕਤ ਸੀ ਮੈਂ ਕੋਈ ਕੰਮ ਨਹੀਂ ਕਰ ਪਾਉਂਦੀ ਸੀ ਅੱਛਾ ਜੀ ਰਜੇ ਜੀ ਦੱਸੋ ਜਦੋਂ ਭੈਣ ਜੀ ਹੁਣਾਂ ਨੂੰ ਘਰ 'ਚ ਬਹੁਤ ਦਿੱਕਤ ਹੁੰਦੀ ਸੀ ਵਾਕਰ ਨਾਲ ਚੱਲਦੇ ਸੀ ਉਦੋਂ ਤੁਹਾਨੂੰ ਕੀ ਮਹਿਸੂਸ ਹੁੰਦਾ ਸੀ ਫਿਰ ਜਮਾਂ ਹੀ ਨਾ ਵੀ ਹੋ ਚੁੱਕੇ ਸੀ ਜਿਵੇਂ ਇਹਦਾ ਹੱਲ ਕੀ ਹੋਊਗਾ ਜੀ ਉਧਰ ਦਰਸ਼ਕ ਸਾਡੇ ਅੱਛਾ ਜੀ ਆਪਰੇਸ਼ਨ ਕਰਾਉਣ ਦੀ ਪੇਸ਼ੈਂਟ ਅਸੀਂ ਹੈ ਨਹੀਂ ਸੀਗੇ ਓਕੇ ਜੀ ਸਾਡੇ ਡਾਕਟਰ ਤਾਂ ਪੇਸ਼ੈਂਟ ਹੀ ਦੱਸਦੇ ਸੀ ਸਾਨੂੰ ਠੀਕ ਹੈ ਜੀ ਫੈਮਿਲੀ ਜਾਨੀ ਘਰੇਲੂ ਸਮੱਸਿਆਵਾਂ ਕਰਕੇ ਬੇਟਾ ਢਿੱਲਾ ਕਰਕੇ ਹੋਰ ਕਰਕੇ ਵੀ ਅਸੀਂ ਜੀ ਉਸ ਚੱਕਰ 'ਚ ਨਹੀਂ ਪੈਣਾ ਚਾਹੁੰਦੇ ਸੀ ਸਾਡੇ ਵਾਸਤੇ ਤਾਂ ਤੁਸੀਂ ਪਰਮਾਤਮਾ ਦਾ ਰੂਪ ਹੀ ਸਾਥ ਪਾਇਓ ਜੀ ਥੈਂਕ ਯੂ ਅਸੀਂ ਤਾਂ ਦਸ ਚੋਂ ਵੀ 12 ਨੰਬਰ ਦੇ ਨੇ ਜਾਵਾਂਗੇ ਸੋਨੂੰ ਜੀ ਥੈਂਕ ਯੂ ਸੋ ਮਚ ਜੀ ਹੋਰ ਜਿਹੜੇ ਮਰੀਜ਼ ਆ ਜਿਨ੍ਹਾਂ ਨੂੰ ਸਪਾਈਨ ਦਾ ਡਿਸਕ ਦਾ ਆਪਰੇਸ਼ਨ ਦੱਸਿਆ ਗਿਆ ਜਾਂ ਗੋਡਿਆਂ ਦਾ ਆਪਰੇਸ਼ਨ ਦੱਸਿਆ ਉਹਨਾਂ ਮਰੀਜ਼ਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਅਸੀਂ ਤਾਂ ਇਹ ਕਹਿਣਾ ਚਾਹਾਂਗੇ ਜੀ ਵੀ ਆਪਰੇਸ਼ਨ ਤੋਂ ਬਚਣ ਤੋਂ ਨਿਕਲਣ ਦੀ ਬਜਾਏ ਇਹ ਰਸਤਾ ਸਭ ਨਾਲੋਂ ਵਧੀਆ ਆਪਰੇਸ਼ਨ ਕਿਸੇ ਚੀਜ਼ ਦਾ ਹੱਲ ਨਹੀਂ ਬਾਅਦ ਚ ਸਮੱਸਿਆਵਾਂ ਬਹੁਤ ਵੱਡੀਆਂ ਹੋਣਗੀਆਂ ਜੀ ਵੀ ਜੇ ਬਿਨਾਂ ਆਪਰੇਸ਼ਨ ਤੋਂ ਸਾਰਾ ਜਾਵੇ ਤਾਂ ਇੱਥੇ ਆਓ ਤੁਸੀਂ ਇਹ ਤੋਂ ਵਧੀਆ ਇਲਾਜ ਕਿਤੇ ਨਹੀਂ ਸਾਡੇ ਸਾਹਮਣੇ ਨਾਲ ਅਸੀਂ ਤਾਂ ਠੀਕ ਹੈ ਜੀ ਪੰਜਾਬ ਨਿਵਾਸੀ ਜੈਤੋ ਨਿਵਾਸੀਆਂ ਨੂੰ ਕੀ ਸਨੇਹਾ ਜੀ ਤੁਹਾਡਾ ਵੀ ਇੱਥੇ ਆਓ ਨਗਰ ਰਾਮਾ ਹਸਪੀਟਲ ਹਾਂ ਜੀ ਰਾਮਾ ਹਸਪੀਟਲ ਅਸੀਂ ਤਾਂ ਜਿਹੜਾ ਵੀ ਸਾਨੂੰ ਕੋਈ ਪੇਸ਼ੈਂਟ ਮਿਲਦਾ ਅਸੀਂ ਤਾਂ ਇਹੀ ਰਾਏ ਦਿੰਦੇ ਹਾਂ ਜੀ ਵੀ ਉੱਥੇ ਜਾਓ ਸਿਹਤ ਨਾਲ ਕੁਛ ਨੀ ਵੱਧ ਕੇ ਜੀ ਠੀਕ ਹੈ ਤੁਸੀਂ ਸਾਡੇ ਇਲਾਜ ਤੋਂ ਸੰਤੁਸ਼ਟ ਹੋ ਪੂਰੀ ਤਰ੍ਹਾਂ ਜੀ 100% ਜੀ ਕਿਸੇ ਤਰ੍ਹਾਂ ਦਾ ਕੋਈ ਮਨ ਚ ਵਹਿਮ ਕੋਈ ਕਿਸੇ ਦਾ ਨਹੀਂ ਸਾਨੂੰ ਕੋਈ ਵਹਿਮ